ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਫਰੰਟਲਾਈਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੇਂਦਰੀ ਸੜਕਾਂ ਤੇ ਅਭਜਾਈ ਮੰਤਰੀ ਨਿਤਨ ਗੜਕਰੀ ਨੇ ਕਿਹਾ ਕਿ ਅਗਲੇ 1 ਸਾਲ ਵਿੱਚ ਸਾਰੇ ਟੋਲ ਪਲਾਜ਼ਾ ਖਤਮ ਕਰ ਦਿੱਤੇ ਜਾਣਗੇ ਵੀਰਵਾਰ ਨੂੰ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਗੜਕਰੀ ਨੇ ਕਿਹਾ ਕਿ ਸਰਕਾਰ ਅਗਲੇ 1 ਸਾਲ ਵਿੱਚ ਸਾਰੇ ਟੋਲ ਪਲਾਜ਼ਾ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਟੋਲ ਪਲਾਜ਼ਾ ਦਾ ਸਾਰਾ ਕੰਮ ਤਕਨਾਲੋਜੀ ਦੇ ਜ਼ਰੀਏ ਕੀਤਾ ਜਾਵੇਗਾ ਬੌਜਨ ਸਮਾਰਟ ਪਾਰਟੀ ਦੇ ਕਮਰਦ ਆਨਿਸ਼ ਵਾਲੀ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮੰਤਰਾਲਾ ਜਹੀ ਟੈਕਨੋਲੋਜੀ ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਜਿੱਥੋਂ ਤੁਸੀਂ ਰਾਸ਼ਟਰੀ ਮਾਰਗ ਤੇ ਚੜੋਗੇ ਉੱਥੋਂ ਜੀਪੀਐਸ ਦੀ ਮਦਦ ਨਾਲ ਕੈਮਰੇ ਵਿੱਚ ਤੁਹਾਡੀ ਫੋਟੋ ਲਵੇਗਾ ਤੇ ਉੱਥੋਂ ਜਿੱਥੋਂ ਉਤਰੋਗੇ ਉੱਥੋਂ ਦੀ ਫੋਟੋ ਲਵੇਗਾ ਇਸ ਤਰ੍ਹਾਂ ਉਹਨਾਂ ਹੀ ਦੂਰੀ ਦਾ ਭੁਗਤਾਨ ਕਰਨਾ ਪਵੇਗਾ ਟੈਕਨੋਲੋਜੀ ਦੀ ਸਹਾਇਤਾ ਨਾਲ ਲੋਕਾਂ ਨੂੰ ਉਹੀ ਟੋਲ ਭੁਗਤਾਨਾ ਪਵੇਗਾ ਜਿੰਨਾ ਉਹ ਸੜਕ ਤੇ ਚੱਲਣਗੇ ਦਰਅਸਲ ਦਾਨਸ਼ਾਲੀ ਨੇ ਗੜ ਮੁਖਤੇਸ਼ਵਰ ਦੇ ਨੇੜੇ ਸੜਕ ਤੇ ਨਗਰ ਨਿਗਮ ਦੀਆਂ ਹੱਦਾਂ ਵਿੱਚ ਟੋਲ ਪਲਾਜ਼ਾ ਲਗਾਉਣ ਦਾ ਮਾਮਲਾ ਉਠਾਇਆ ਸੀ ਇਸ ਦੇ ਜਵਾਬ ਵਿੱਚ ਗੜਕਰੀ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸੜਕ ਪ੍ਰੋਜੈਕਟਾਂ ਦੇ ਠੇਕਿਆਂ ਵਿੱਚ ਕੁਝ ਹੋਰ ਮਲਾਈ ਪਾਉਣ ਲਈ ਜਿਹੇ ਕਈ ਟੋਲ ਪਲਾਜ਼ੇ ਬਣ ਚੁੱਕੇ ਹਨ ਜੋ ਸ਼ਹਿਰ ਦੀ ਹੱਦ ਤੇ ਹਨ ਇਹ ਨਿਸ਼ਚਿਤ ਤੌਰ ਤੇ ਗਲਤ ਹੈ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ